ਕੋਰੋਨਾ ਵਾਇਰਸ ਨੂੰ ਰੋਕਣ ਲਈ ਸਭ ਤੋਂ ਜ਼ਰੂਰੀ ਉਪਕਰਨਾਂ 'ਚੋਂ N95 ਰੈਸਪੀਰੇਟਰ ਮਾਸਕ ਨੂੰ ਹੁਸ਼ਿਆਰਪੁਰ 'ਚ ਤਿਆਰ ਕੀਤੇ ਜਾਣਗੇ ਅਤੇ ਇਸ ਦੇ ਲਈ ਲਘੂ ਉਦਯੋਗਿਕ ਇਕਾਈ ਸਰਜਨ ਸੇਫਟੀ ਪ੍ਰੋਡਕਟਸ ਨੂੰ ਮਾਸਕ ਦੇ ਉਤਪਾਦਨ ਲਈ ਕੇਂਦਰ ਅਤੇ ਸੂਬਾ ਸਰਕਾਰ ਤੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਕਤ ਇਕਾਈ ਦੇ ਪ੍ਰੋਪਰਾਈਟਰ GB ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ 6 ਸਾਲਾਂ ਤੋਂ ਹੁਸ਼ਿਆਰਪੁਰ ਫੋਕਲ ਪੁਆਇੰਟ ਵਿਖੇ ਇੱਕ ਲਘੂ ਉਦਯੋਗਿਕ ਇਕਾਈ ਚਲਾਈ ਜਾ ਰਹੀ ਹੈ ਜਿੱਥੇ ISI ਤੋਂ ਮਾਨਤਾ ਪ੍ਰਾਪਤ ਉਦਯੋਗਿਕ ਸੁਰੱਖਿਆ ਉਪਕਰਨਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਪਿਛਲੇ ਮਹੀਨੇ ਲਾਕਡਾਊਨ ਤੋਂ ਪਹਿਲਾਂ ਮਾਸਕ ਦੀ ਪੂਰਤੀ ਦੇ ਸੰਬੰਧ 'ਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਉਹਨਾਂ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਮਾਸਕ ਤਿਆਰ ਕਰਕੇ ਦੇਣ ਦਾ ਮੌਕਾ ਉਹਨਾਂ ਦੀ ਇਕਾਈ ਨੂੰ ਦਿੱਤਾ ਗਿਆ ਹੈ। GB ਸਿੰਘ ਨੇ ਕਿਹਾ ਕਿ ਹੁਣ ਜਲਦ ਹੀ ਉਹ ਉਤਪਾਦਨ ਸ਼ੁਰੂ ਕਰ ਦੇਣਗੇ ਅਤੇ ਰੋਜ਼ਾਨਾ ਕਰੀਬ 4 ਤੋਂ 5 ਹਜ਼ਾਰ ਮਾਸਕ ਤਿਆਰ ਕੀਤੇ ਜਾਣਗੇ। ਇਹ ਦੇਖੋ ਜੀ, ਜਿਹੜੀ N95 ਦੀ ਅਪਰੂਵ ਮਿਲੀ ਹੈ ਆਪਣੇ ਹੁਸ਼ਿਆਰਪੁਰ ਨੂੰ, ਇਹ ਬਹੁਤ ਵੱਡੀ ਅਚੀਵਮੈਂਟ ਹੈ। ਇਹ ਸਾਡੇ ਹੁਸ਼ਿਆਰਪੁਰ 'ਚ ਫੋਕਲ ਪੁਆਇੰਟ 'ਤੇ ਇੱਕ ਯੂਨਿਟ ਸੀਗਾ ਸਰਜਨ ਸੇਫਟੀ ਪ੍ਰੋਡਕਟ, ਉਹ ਪਹਿਲੇ ISI ਮਾਸਕ ਬਣਾਉਂਦੇ ਸੀ, ISI ਅਪਰੂਵਡ ਮਾਸਕ ਜਿਹੜੇ ਆ ਤਿਆਰ ਕੀਤੇ ਜਾਂਦੇ ਸੀਗੇ। ਅਤੇ ਜਦੋਂ COVID-19 ਦਾ ਥੋੜ੍ਹਾ ਪ੍ਰੋਬਲਮ ਆਈ ਹੈ, ਇਹਦੇ ਵਿੱਚ ਮਾਨਯੋਗ ਸਾਡੇ ਜਿਹੜੇ ਉਦਯੋਗ ਮੰਤਰੀ ਹੈ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਸੀਗੀ DC ਰੈਜੀਡੈਂਸ 'ਤੇ, ਜਿਹਦੇ ਵਿੱਚ ਵੱਖ ਵੱਖ ਤਹਿਸੀਲਾਂ ਤੋਂ SDM ਸਾਹਿਬਾਨ ਹਾਜ਼ਰ ਸੀਗੇ। ਉਹਦੇ ਵਿੱਚ ਮੈਨੂੰ ਵੀ ਬੁਲਾਇਆ ਗਿਆ, ਮੈਨੂੰ ਪੁੱਛਿਆ ਗਿਆ ਵੀ ਜਿਹੜੀ ਇੱਥੇ ਹੁਸ਼ਿਆਰਪੁਰ 'ਚ ਕਿਹੜੀ ਮਾਸਕ ਬਣਾਉਣ ਦੀ ਫੈਕਟਰੀ ਹੈ। ਸਾਡੇ ਹੁਸ਼ਿਆਰਪੁਰ 'ਚ ਇੱਕੋ ਇੱਕ ਯੂਨਿਟ ਹੈ, ਉਹ ਇਹਨਾਂ ਨੂੰ ਮੈਂ ਕਾਲ ਕੀਤਾ ਅਤੇ ਇੱਕ ਤਾਂ ਇਹਨਾਂ ਨੂੰ ਉਸ ਵੇਲੇ ਜਿਹੜੀ ਲੋੜ ਸੀਗੀ ਜ਼ਿਲ੍ਹੇ ਨੂੰ, ਮਤਲਬ ਕਿ ਮਾਸਕ ਦੀ, ਉਹਦੇ ਵਿੱਚ ਇਹਨਾਂ ਨੂੰ ਇਹਨਾਂ ਤੋਂ ਪੁੱਛਿਆ ਗਿਆ ਕਿ ਕਿੰਨੇ ਕੁ ਮਾਸਕ ਤੁਸੀਂ ਦੇ ਸਕਦੇ ਹੋ। ਇਹਨਾਂ ਨੂੰ ਆਰਡਰ ਵੀ ਦਿੱਤਾ ਗਿਆ ਔਰ ਇਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਮੰਤਰੀ ਜੀ ਵੱਲੋਂ ਕਿ ਤੁਸੀਂ N95 ਜਿਹੜਾ ਮਾਸਕ ਕਿਉਂ ਨਹੀਂ ਤਿਆਰ ਕਰਦੇ। ਅਤੇ ਇਹਨਾਂ ਨੇ ਕਿਹਾ ਵੀ ਅਸੀਂ ਕਰ ਸਕਦੇ ਹਾਂ ਜੀ, ਸਾਡੇ ਕੋਲ ਹੈਗਾ, ਮਸ਼ੀਨਰੀ ਹੈਗੀ ਹੈ, ਅਤੇ ਸਾਨੂੰ ਥੋੜ੍ਹਾ ਜਿਹਾ ਪ੍ਰੇਰਿਤ, ਮਤਲਬ ਕਿ ਸਾਨੂੰ ਥੋੜ੍ਹਾ ਜਿਹਾ ਗਾਈਡ ਕਰਨ ਦੀ ਗੱਲ ਆ। ਉਹਦੇ ਵਿੱਚ ਫਿਰ ਇਹਨਾਂ ਨੇ ਮੇਰੀ ਡਿਊਟੀ ਲਾਈ, ਮੈਂ ਡਾਇਰੈਕਟਰ ਇੰਡਸਟਰੀਜ਼ ਨਾਲ ਗੱਲਬਾਤ ਕੀਤੀ, ਡਾਇਰੈਕਟਰ ਇੰਡਸਟਰੀਜ਼ ਵੱਲੋਂ ਮਿਸਟਰ ਸਿੱਬਨ ਸੀ ਨੇ ਸਾਡੇ, ਉਹਨਾਂ ਨੇ ਬਹੁਤ ਮਿਹਨਤ ਕਰਦੇ ਹੋਏ ਉੱਪਰ ਹੋਰ ਹਾਈ ਅਥਾਰਟੀ ਸਾਡੇ ਮੈਡਮ ਐਡੀਸ਼ਨਲ ਚੀਫ ਸੈਕਟਰੀ ਉਹਨਾਂ ਨਾਲ ਗੱਲਬਾਤ ਕੀਤੀ, ਮਿਸਟਰ BK ਸਿੰਘ ਨੇ ਜਿਹੜੇ ਐਡੀਸ਼ਨਲ ਸੈਕਟਰੀ ਨੇ ਟੈਕਸਟਾਈਲ ਦੇ, ਉਹਨਾਂ ਨਾਲ ਗੱਲਬਾਤ ਕੀਤੀ। ਫਿਰ ਇਹਨਾਂ ਪਾਰਟੀ ਨੂੰ ਜਿਹੜਾ ਸੀ ਇਹ ਮਾਸਕ ਦੇ ਸੈਂਪਲ ਤਿਆਰ ਕਰਨ ਵਾਸਤੇ ਕਿਹਾ ਗਿਆ, ਪਾਰਟੀ ਵੱਲੋਂ ਜਿਹੜੇ ਸੈਂਪਲ ਤਿਆਰ ਕਰਕੇ ਐਜ ਪਰ ਗਾਈਡੈਂਸ ਡਾਇਰੈਕਟਰ ਇੰਡਸਟਰੀਜ਼ ਦੀਆਂ ਭੇਜੇ ਗਏ ਦਿੱਲੀਓਂ, ਮਿਸਟਰ BK ਸਿੰਘ ਜੀ ਵੱਲੋਂ ਗਵਾਲੀਅਰ ਭੇਜੇ ਗਏ, ਜਿਹੜਾ ਇੱਕ DRDO ਸੈਂਟਰ ਹੈ, ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ ਹੈ, ਉਹਨਾਂ ਨੂੰ ਭੇਜੇ ਗਏ, ਉਹਨਾਂ ਵੱਲੋਂ ਇਹੋ ਜਿਹੜਾ ਇਹ ਅਪਰੂਵਲ ਦਿੱਤੀ ਗਈ ਹੈ N95 ਮਾਸਕ ਦੀ। ਅਤੇ ਜਿਹਦੇ ਵਿੱਚ ਹੁਸ਼ਿਆਰਪੁਰ ਦਾ ਜਿਹੜਾ ਜ਼ਿਲ੍ਹਾ ਹੈ ਸਾਡੇ, ਸਾਨੂੰ ਬੜਾ ਮਾਣ ਹੈ ਜਿਹੜਾ N95 ਮਾਸਕ ਬਣਾਉਣ ਵਾਸਤੇ।